ਤੈਨੂੰ ਕਰ ਲਿਆ। ਇਹ ਮੇਰਾ ਤਰਲਾ ਨਹੀਂ, ਇਹ ਮੇਰਾ ਫੈਸਲਾ। ਇਹ ਤੁਹਾਡਾ ਫੈਸਲਾ ਹੋ ਸਕਦਾ। ਸਤਿ ਸ਼੍ਰੀ ਅਕਾਲ ਜੀ, ਅੱਜ ਅਸੀਂ ਪਹੁੰਚੇ ਹਾਂ ਟ੍ਰੇਲਰ ਲਾਂਚ 'ਤੇ, ਜਿਹੜਾ ਕਿ ਹੋ ਰਿਹਾ ਢੋਲ ਰੱਤੀ ਦਾ, ਜੋ ਕਿ ਬਹੁਤ ਹੀ ਸੋਹਣੀ ਪੰਜਾਬੀ ਮੂਵੀ ਆਈ ਹੈ। ਅੱਜ ਇਸ ਟੁੱਟੇ ਦਿਲ ਨੂੰ ਸਕੂਨ ਮਿਲਿਆ ਹੈ ਰੱਤੀ ਦਾ ਘਰ ਉੱਜੜਦਾ ਵੇਖ ਕੇ। ਹੁਣ ਅਸੀਂ ਤੁਹਾਨੂੰ ਮਿਲਵਾਉਣੇ ਹਾਂ ਢੋਲ ਰੱਤੀ ਦੇ ਜਿਹੜੇ ਡਾਇਰੈਕਟਰ ਨੇ, ਸ਼ਿਵਮ ਸ਼ਰਮਾ ਜੀ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਚੈਨਲ ਸ਼ਾਨ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਤਰਫੋਂ ਸਭ ਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਸਰ, ਬਹੁਤ ਹੀ ਡਿਫਰੈਂਟ ਕੋਨਸੈਪਟ 'ਤੇ ਤੁਸੀਂ ਮੂਵੀ ਲੈ ਕੇ ਆ ਰਹੇ ਹੋ, ਅਤੇ ਮਤਲਬ ਕੀ ਕੁਛ ਤਿਆਰੀਆਂ ਸੀਗੀਆਂ, ਮਤਲਬ ਜਦੋਂ ਤੁਸੀਂ ਸਟਾਰਟ ਕੀਤਾ, ਮਤਲਬ ਮਕਸਦ ਬਾਰੇ ਮੈਂ ਤੁਹਾਨੂੰ ਖੈਰ ਪੁੱਛਿਆ ਹੀ ਕਿ ਮਕਸਦ ਸੀਗਾ, ਤੁਸੀਂ ਮੈਨੂੰ ਬੜਾ ਵਧੀਆ ਉਸਦਾ ਜਵਾਬ ਵੀ ਦਿਆ ਉਸ ਟਾਈਮ, ਅਤੇ ਕੀ ਮਕਸਦ ਹੈਗਾ ਤੁਸੀਂ ਸਾਡੇ ਵਿਊਅਰਸ ਨੂੰ ਸਪੈਸ਼ਲੀ ਦੱਸੋ ਪਲੀਜ਼। ਦੇਖੋ ਜੀ, ਢੋਲਤੀ ਜੋ ਫਿਲਮ ਸਾਡੀ ਹੈਗੀ ਹੈ, ਉਹ ਪੁਰਾਣੇ ਦੌਰ ਦੀ ਹੈ। ਪੁਰਾਣੇ ਦੌਰ 'ਚ ਬਸ ਅਸੀਂ ਇਹੀ ਦੱਸ ਸਕਦੇ ਦਰਸ਼ਕਾਂ ਨੂੰ ਕਿ ਉਸ ਟਾਈਮ ਵੀ ਮਨੋਰੰਜਨ ਹੁੰਦਾ ਸੀਗਾ, ਉਸ ਇੱਕ ਦੂਸਰੇ ਦੇ ਰਿਸ਼ਤਿਆਂ ਨਾਲ ਹੁੰਦਾ ਸੀਗਾ, ਭੈਣ ਭਰਾ ਦਾ ਰਿਸ਼ਤਾ ਹੈ ਨਾ, ਭਾਈ ਭੈਣ ਦਾ ਰਿਸ਼ਤਾ, ਹਸਬੈਂਡ ਵਾਈਫ ਦਾ ਰਿਸ਼ਤਾ, ਦੋਸਤ ਯਾਰ ਦਾ ਰਿਸ਼ਤਾ। ਅੱਜ ਕੱਲ੍ਹ ਕੀ ਹੈ ਕਿ ਮੋਬਾਈਲ ਆ ਗਏ, ਐਪ ਆ ਗਏ, ਹੈ ਨਾ, ਕੋਈ ਟੀਵੀ ਦੇਖਦਾ, ਕੋਈ ਥੀਏਟਰ 'ਚ ਬੈਠਾ, ਮਤਲਬ ਅੱਜ ਸਭ ਬੰਦਾ ਇਕੱਲਾ ਇਕੱਲਾ ਬਿਜ਼ੀ ਹੈ। ਪਹਿਲੇ ਇੱਦਾਂ ਨਹੀਂ ਹੁੰਦਾ ਸੀ ਕਿ ਚਲੋ ਦੋ ਦੋਸਤ ਇਕੱਠੇ ਬਹਿ ਕੇ ਚਲੋ ਕੁਛ ਗੱਲ ਖਾਸੀ ਨਿਕਲਦੀ ਹੈ, ਅਤੇ ਰਿਸ਼ਤੇਦਾਰੀ ਜੋ ਇੱਕ ਦੂਜੇ ਟੰਗ ਖਿੱਚਰੀ ਹੋਰ ਨਹੀਂ, ਮਤਲਬ ਕਿ ਪਰਿਵਾਰ ਘਰ ਛੋਟੇ ਹੁੰਦੇ ਸੀਗੇ, ਪਰ ਲੋਕਾਂ ਦੇ ਦਿਲ ਬੜੇ ਹੁੰਦੇ ਸੀਗੇ। ਪਰ ਅੱਜ ਕੱਲ੍ਹ ਕੀ ਹੈ ਕਿ ਘਰ ਬਣੇ ਆ ਪਰ ਦਿਲ ਛੋਟੇ ਆ, ਅਗਰ ਉਹੀ ਕਹਿ ਰਹੀ ਕਿ ਚਾਰ ਮੈਂਬਰ, ਚਾਰ ਆਪਣੇ ਆਪਣੇ ਕੋਨੇ ਬੈਠੇ, ਆਪਣੇ ਆਪਣੇ ਬਿਜ਼ੀ ਹੈ। ਅਤੇ ਮਤਲਬ ਕਿ ਇਹ ਬਹੁਤ ਹੀ ਵਧੀਆ ਜਿਹੜਾ ਤੁਸੀਂ ਸੋਸ਼ਲ ਕੰਸੈਪਟ ਲੈ ਕੇ ਆ ਰਹੇ ਹੋ ਇਸ ਮੂਵੀ ਦੇ ਵਿੱਚ, ਹੈ ਨਾ, ਅਤੇ ਮਤਲਬ ਕੀ ਕੁਛ ਡਾਇਰੈਕਸ਼ਨਸ ਦੇ ਟਾਈਮ 'ਤੇ ਤੁਹਾਨੂੰ, ਮਤਲਬ ਟੀਮ ਨੂੰ ਕਿੱਦਾਂ ਤੁਸੀਂ ਕੰਬਾਈਨ ਕੀਤਾ, ਕੀ ਕੁਛ ਤੁਸੀਂ ਮਤਲਬ ਮੂਵੀ ਦੇ ਦੌਰਾਨ ਤੁਹਾਨੂੰ ਮਤਲਬ ਫੇਸ ਕਰਨਾ ਪਿਆ ਡਾਇਰੈਕਸ਼ਨ ਦੇ ਲਈ? ਜੀ ਨਹੀਂ, ਡਾਇਰੈਕਸ਼ਨ ਐਸੇ ਤਾਂ ਕਿ ਢੋਲ ਰੱਤੀ ਮੂਵੀ ਹੈ, ਇਹ ਹਮਾਰੀ ਸੈਕਿੰਡ ਮੂਵੀ ਹੈ ਪੂਰੀ ਟੀਮ ਕੀ। ਇਸਸੇ ਪਹਿਲੇ ਹਮਨੇ ਉਡੀਕ ਬਣਾਈ ਥੀ, ਭਗਤ ਸਿੰਘ ਕੀ ਉਡੀਕ, ਤੋ ਉਹ ਪੂਰੀ ਟੀਮ ਇਸਮੇ ਥੀ। ਟੀਮ ਮੇਂ ਪੂਰਾ ਹਮਾਰੀ ਟੀਮ ਕੀ ਪੈਸ਼ਨ ਕਹਿ ਸਕਤੇ, ਡੈਡੀਕੇਸ਼ਨ ਕਹਿ ਸਕਤੇ, ਕਾਮ ਕੇ ਪ੍ਰਤੀ। ਬਸ ਇਹ ਕਿ ਹਮਾਰੇ ਪਾਸ ਬਜਟ ਵੀ ਲਿਮਿਟਡ ਥਾ, ਹਰ ਚੀਜ਼ ਉਸਮੇਂ ਪੂਰਾ ਕਰਨਾ ਥਾ, ਤੋ ਇਸ ਹਿਸਾਬ ਸੇ ਮੈਨੇ ਆਪਕੋ ਬਤਾਇਆ ਕਿ ਹਮਨੇ 15 ਦਿਨ ਮੇਂ ਮੂਵੀ ਪੂਰੀ ਕੰਪਲੀਟ ਕੀ ਹੈ। ਇਸ ਲਈ ਕਿ ਹਮਾਰਾ ਪੇਪਰ ਬੜਾ ਸਟਰੋਂਗ ਥਾ, ਕਾਸਟਿੰਗ ਹਮਾਰੀ ਬੜੀ ਸਟਰੋਂਗ ਥੀ, ਐਕਟਰ ਦਾ ਸਟਰੋਂਗ ਥੀ, ਟੈਕਨੀਕਲ ਟੀਮ ਬਹੁਤ ਸਟਰੋਂਗ ਥੀ, ਔਰ ਹਰ ਚੀਜ਼ ਪਲਾਨ ਲੈ ਕੇ ਕਰਦੇ ਥੇ ਕਿ ਹਾਂ ਕੱਲ੍ਹ ਇਹ ਹੋਣਾ ਹੈ, ਤੋ ਉਸਕੇ ਬਾਅਦ ਪਰਸੋਂ ਇਹ ਹੋਣਾ ਹੈ, ਉਸ ਹਿਸਾਬ ਸੇ। ਜਿਵੇਂ ਕਿ ਤੁਸੀਂ ਕਿਹਾ ਕਿ ਤੁਸੀਂ ਲਾਈਟਾਂ ਦਾ ਇਸਤੇਮਾਲ ਨਹੀਂ ਕੀਤਾ, ਲਾਈਟਸ ਨਹੀਂ, ਮਤਲਬ ਕਿ ਜੋ ਪੁਰਾਣੇ ਦੌਰ ਦੇ ਵਿੱਚ ਹੁੰਦਾ ਸੀਗਾ ਉਸੇ ਤਰੀਕੇ ਦੇ ਨਾਲ ਤੁਸੀਂ ਨੈਚੁਰਲ ਰੱਖਿਆ ਕਾਫੀ ਮੂਵੀ ਨੂੰ, ਅਤੇ ਇਹ ਚੀਜ਼ ਮਤਲਬ ਕਿਵੇਂ ਦਿਮਾਗ 'ਚ ਆਈ ਤੁਹਾਡੇ? ਕਿਵੇਂ ਨਾ, ਜਿੱਦਾਂ ਆਪਾਂ ਕਹਿੰਦੇ ਕਿ ਹਿੰਦੀ ਸਿਨੇਮਾ ਹੈ ਨਾ, ਉੱਥੇ ਕੁਛ ਚੀਜ਼ਾਂ ਬੜੀਆਂ ਨੈਚੁਰਲ ਬਣ ਜਾਂਦੀਆਂ ਕਿ ਨਹੀਂ, ਕਈ ਵਾਰੀ ਉਹ ਕਹਿੰਦੇ ਮੇਕਅਪ ਵੀ ਨਹੀਂ ਚਾਹੀਦਾ ਕਿ ਕਰੈਕਟਰ ਦੀ ਡਿਮਾਂਡ ਹੀ ਇਹ ਹੈ, ਅਤੇ ਜਦ ਕਹਾਣੀ ਇੱਦਾਂ ਦੀ ਹੈ ਕਿ ਪੁਰਾਣੇ ਘਰ, ਪੁਰਾਣੇ ਲੋਕ, ਪੁਰਾਣਾ ਪਹਿਨਾਵਾ, ਅਤੇ ਨੈਚੁਰਲੀ ਅਲੱਗ ਕਿ ਹੁਣ ਐਮਰਜੈਂਸੀ ਲੱਗੀ ਹੈ, ਅਤੇ ਐਮਰਜੈਂਸੀ 'ਚ ਪਹਿਲੇ ਤਾਂ ਬਲੈਕਆਊਟ ਹੋ ਜਾਂਦਾ, ਲਾਈਟ ਆਉਂਦੀ ਨਹੀਂ, ਅਤੇ ਪੁਰਾਣੇ ਸੋਰਸ ਉਹ ਦੀਆ ਵਗੈਰਾ, ਮਸ਼ਾਲ ਵਗੈਰਾ ਜੋ ਸੀ ਉਹਦੇ 'ਚ ਸਾਨੂੰ ਪਲੇਅ ਕਰਨਾ ਪਿਆ ਸੀ ਐਜ ਏ ਡੀ ਓ ਪੀ ਨੂੰ, ਅਤੇ ਲਾਈਟ ਦਾ ਤਾਂ ਕੋਈ ਸਕੋਪ ਥਾ ਹੀ ਸਾਡੇ ਕੋਲ ਜੀ, ਉਹ ਸਿਰਫ ਜੋ ਇਹ ਆਪਾਂ ਨੇ ਲਾਈਟ ਨਹੀਂ ਲਿੱਤੀ ਹੈ, ਅਤੇ ਉਹਦੇ ਪਿੱਛੇ ਰੀਜ਼ਨ ਇਹ ਸੀ ਕਿ ਕਹਾਣੀ ਦੀ ਸੋਚ ਨੂੰ, ਕਹਾਣੀ ਦੀ ਡਿਮਾਂਡ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਨਹੀਂ ਉਹ ਕਰ ਸਕਦੇ ਜੀ। ਬਿਲਕੁਲ, ਬਹੁਤ ਹੀ ਅੱਛੇ ਕੰਸੈਪਟ 'ਤੇ ਤੁਸੀਂ ਮੂਵੀ ਲੈ ਕੇ ਆ ਰਹੇ ਹੋ ਢੋਲ ਰੱਤੀ। ਉਮੀਦ ਕਰਦੇ ਹਾਂ ਤੁਹਾਡੇ ਇਸ ਪ੍ਰੋਜੈਕਟ ਨੂੰ ਭਰਪੂਰ ਪਿਆਰ ਮਿਲੇ ਦਰਸ਼ਕਾਂ ਵੱਲੋਂ। ਬਹੁਤ ਬਹੁਤ ਸ਼ੁਕਰੀਆ ਸਰ ਸਾਡੀ ਟੀਮ ਨਾਲ ਗੱਲ ਕਰਨ ਦਾ। ਥੈਂਕ ਯੂ। ਇਹ ਸੀਗੀ ਜੀ ਸ਼ਿਵਮ ਵਰਮਾ ਜੀ ਦੇ ਨਾਲ ਸਾਡੀ ਕੀਤੀ ਖਾਸ ਮੁਲਾਕਾਤ। ਜਦੋਂ ਮੇਰਾ ਪਰਿਵਾਰ ਨਫ਼ਰਤ ਕਰਦਾ ਹੈ, ਨਫ਼ਰਤ, ਤੁਸੀਂ ਗੁੱਜਰ ਨਾਲ ਦਾਰੂ ਵਿੱਚ ਤਾਰੀਆਂ ਲਾ ਰਹੇ ਹੋ, ਹਾਥੀ ਦੇ ਦੰਦ ਦਿਖਾਉਣ ਵਾਲੇ ਹੋਰ ਹੁੰਦੇ ਹੈ ਤੇ ਖਾਣ ਵਾਲੇ ਹੋਰ। ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ, ਮਾਣ ਪੰਜਾਬ ਦਾ।